are watching Channel Y. Channel Y, a South Asian Canadian channel. Channel Y देखते सारे दर्शकों को प्यार भरी सशिका मैं नरेश शर्मा असी थोनू मिलाउन जा रहे हैं एक मजदूरी तो लेके राज मिस्त्री तो बाद ठेकेदार बनी एक औरत जिसने दसिया बिना पढ़ाई तो अनपढ़ एक औरत की नहीं कर सकती पीएम तो लेके जज तो लेके पीएम तक पहुंची अज कृष्णा देवी जिहड़ी बठिंडे साडे नाल है इस टाइम चैनल वाई वालों ये कवरिंग की जा रही है कृष्णा देवी तुहाडा स्वागत है चैनल वाई सत श्री अकाल जी हां जी की कहना चाहोगे किन्नी देर होगी तुहानू इस लाइन दे विच ठेकेदारी दी सानू होगी जी घट्टो घट 13 14 साल हो गए मैनू काम करदी नू पहला मतलब एक मैं दिहाड़ी कीती सीगी मजदूरी कीती सीगी आए जांदे जांदे जिवें कोई मिस्त्री सीगा मैनू कहना भी तू कम करके दिखा मैनू मैं कहा जी मदद कर दी तेसी करन दी हूँ चक्की नहीं मैं करांगी किवें वो कहिंदा नहीं नहीं तू करके दिखा मैं कहा जे कोई गलत होगा कहिंदा मैं सही कर दूँगा वो दिन मैं करन दी चक्की अज तो 13 साल हो गए अज तो 13 14 साल हो गए उस तो बाद मैं ठेकेदारी की दिहाड़ियाँ बतेरिया कीतियां सीगियां पहले शुरू में गई तो मैं कोई पता भी नहीं भी गज की हुंदा गरमाला की हुंदा जे मैं घर बैठी सीगी ਪਿੰਡਾਂ ਵਿੱਚ ਕੰਮ ਕਰਦੀ ਸੀਗੀ ਲੇਕਿਨ ਮੇਰਾ ਕੁਛ ਵੀ ਨਹੀਂ ਬਣਿਆ ਸਿਰ 'ਤੇ ਛੱਤ ਵੀ ਨਹੀਂ ਸੀਗੀ ਸਰ ਜੀ ਅੱਜ ਕਿਰਪਾ ਨਾਲ ਸਭ ਕੁਛ ਹੈ ਬੱਚਿਆਂ ਨੂੰ ਵੀ ਪੜ੍ਹਾ ਰਹੀ ਹਾਂ ਸਿਰ 'ਤੇ ਛੱਤ ਵੀ ਹੈ ਟੈਂਦੀ ਰੋਟੀ ਅੱਛੀ ਬਣ ਰਹੀ ਹੈ ਜਿਹੜੇ ਅੱਜ ਮੇਰੇ ਨਾਲ ਦੇ ਜਿਹੜੇ 10 ਬੰਦੇ ਮੇਰੇ ਨਾਲ ਜੁੜੇ ਆ ਉਹਨਾਂ ਦੇ ਵੀ ਚੁੱਲ੍ਹਾ ਮੱਚ ਰਿਹਾ ਹੈ ਲੇਕਿਨ ਮੈਂ ਐਂ ਕਹਿੰਦੀ ਹਾਂ ਵੀ ਔਰਤ ਕੀ ਨਹੀਂ ਕਰ ਸਕਦੀ ਜੇ ਬਾਹਰ ਨਿਕਲ ਕੇ ਦੇਖੋਗੇ ਤਾਂ ਸਭ ਕੁਛ ਕਰੋਗੀ ਅੰਦਰ ਹੈ ਬੰਦੇ ਸੁਣਦੇ ਹਾਂ ਕਿ ਅੱਜ ਉਹਦੇ ਬੰਦੇ ਨੇ ਕੁੱਟਿਆ ਦਾਰੂ ਪੀ ਕੇ ਆਹ ਵੇਚਤਾ ਉਹ ਵੇਚਤਾ ਕਿਉਂ ਡਾਂਗ ਚੱਕੋ ਆਪਦਾ ਕੰਮ ਕਰੋ ਜੇ ਕੋਈ ਕੀ ਨਹੀਂ ਕਰ ਸਕਦੇ ਔਰਤ ਜੇ ਔਰਤ ਘਵਾ ਕੇ ਕੀ ਨਹੀਂ ਜਹਾਜ਼ ਚਲਾਉਂਦੀਆਂ ਅੱਜ ਕੱਲ੍ਹ ਟਰੱਕ ਚਲਾਉਂਦੀਆਂ ਕੀ ਨਹੀਂ ਚਲਾਉਂਦੀਆਂ ਔਰਤ ਮੰਤਰੀ ਬਣੀ ਬੈਠੀਆਂ ਹੈਗੀਆਂ ਹੈ ਅਤੇ ਔਰਤ ਆਪਾਂ ਆਪਣੇ ਜੇ ਅਨਪੜ੍ਹ ਹੈਗੀਆਂ ਤਾਂ ਇੱਕ ਆਪਾਂ ਕੋਈ ਹੋਰ ਕੰਮ ਨਹੀਂ ਕਰ ਸਕਦੀਆਂ ਕੋਈ ਅੱਜ ਤੱਕ ਤੁਹਾਨੂੰ ਘਰ ਵਾਲੇ ਨੇ ਕਿਸੇ ਨੇ ਜਾਂ ਲੋਕਾਂ ਨੇ ਤਾਨੇ ਦਿੱਤੇ ਹੋਣ ਵੀ ਤੁਸੀਂ ਇੱਕ ਔਰਤ ਹੋ ਕੇ ਕਿਵੇਂ ਜਾਂਦੇ ਹੋ ਕਿਵੇਂ ਤੁਸੀਂ ਇੱਥੇ ਕੰਮ 'ਤੇ ਪਹੁੰਚਦੇ ਹੋ ਲੇਟ ਵੀ ਜਾਂਦੇ ਹੋ ਸਰ ਜੀ ਸਵੇਰੇ ਮੈਂ ਐਂ ਨਹੀਂ ਪਤਾ ਵੀ ਜਿਵੇਂ ਰਾਤ ਨੂੰ ਹੁਣ ਲੈਂਟਰ ਪੈਂਦਾ ਸਾਨੂੰ ਰਾਤ ਦੇ 3 ਵੀ ਵੱਜ ਜਾਂਦੇ ਆ ਕਈ ਵਾਰ ਤਾਂ ਕਰਦੇ ਕਰਦੇ ਕਈ ਵਾਰ ਮਾਲਕ ਇਹੋ ਜਿਹੇ ਹੁੰਦੇ ਆ ਵੀ ਸਾਡੇ ਤਾਂ ਵੀ ਪੰਚਮੀ ਲੱਗੂਗੀ ਉਹ ਲੱਗੂਗੀ ਸਾਨੂੰ ਤਾਂ ਅੱਜ ਦੀ ਤਰੀਕ ਵਿੱਚ ਸਾਡਾ ਲੈਂਟਰ ਪੈਣਾ ਚਾਹੀਦਾ ਜਿਵੇਂ ਉਹਨੂੰ ਕਰਕੇ ਅਸੀਂ ਰਾਤ ਦਿਨ ਕਰਕੇ ਲੈਂਟਰ ਪਾ ਕੇ ਦਿਨੇ ਹੈਗੇ ਸਾਨੂੰ 10 ਵੀ ਵੱਜ ਜਾਂਦੇ ਆ 11 ਵਜੇ ਹੁਣ ਆਪਦਾ ਠੇਕਾ ਹੈਗਾ ਅਤੇ ਆਪਦਾ ਤੇਲ ਖਰਚਾ ਵੀ ਕੱਢਣਾ ਹੈਗਾ ਇੰਨੀ ਅੱਜ ਕੱਲ੍ਹ ਮੰਗਾਈ ਹੈਗੀ ਵੀ ਕੀ ਕਰਾਂਗੇ ਤਾਂ ਵੀ ਅਸੀਂ 8-8, 9-9 ਵਜੇ ਤੱਕ ਅਸੀਂ ਆਪਦੇ ਕੰਮ 'ਤੇ ਕੰਮ ਕਰਦੇ ਹੈਗੇ ਕਿੰਨੇ ਪੜ੍ਹੇ ਲਿਖੇ ਹੋ ਕਿਵੇਂ ਹਿਸਾਬ ਕਿਤਾਬ ਕਰਨੇ ਕਿੰਨੇ ਹਿਸਾਬ ਕਿਤਾਬ ਸਰ ਜੀ ਮੈਂ ਤਾਂ ਹੈਗੀ ਅਨਪੜ੍ਹ ਬੇਟਾ ਹੈਗਾ ਪਲੱਸ 2 ਬੱਚਿਆਂ ਨੂੰ ਪੜ੍ਹਾਇਆ ਬੱਚੇ ਹੈਗੇ ਆ ਜਿਵੇਂ ਮਤਲਬ ਜਿਵੇਂ ਉਹਨਾਂ ਦੀ ਲੇਬਰ ਦੀ ਦਿਹਾੜੀ ਹੋ ਜਾਂਦੀ ਹੈ ਹੁੰਦੀ ਹੁੰਦੀ ਆ ਘਰੇ ਜਿਹਨੇ ਲੇਬਰ ਨੂੰ ਪੈਸੇ ਦਿੰਦੀ ਆ ਉਹ ਜਾ ਕੇ ਘਰੇ ਲਿਖਾ ਦਿੰਦੀ ਵੀ ਇੰਨੇ ਵੀ ਲੇਬਰ ਨੂੰ ਮਿਸਤਰੀ ਨੂੰ ਇੰਨੇ ਪੈਸੇ ਦਿੱਤੇ ਹੈਗੇ ਆ ਵੀ ਆਪਣਾ ਆਹ ਅੱਜ ਖਰਚਾ ਆ ਆਹ ਹੈ ਇੰਨਾ ਹੈਗਾ ਜਾ ਕੇ ਬੇਟਾ ਕਰ ਲੈਂਦਾ ਮੁੜ ਕੇ ਫਿਰ ਬੇਟੇ ਦੀ ਜਿਵੇਂ ਛੁੱਟੀ ਹੁੰਦੀ ਹੈ ਆ ਕੇ ਸਾਰੇ ਲੇਬਰ ਦਾ ਹਿਸਾਬ ਕਰਕੇ ਜਾਂਦਾ ਕਿੰਨੀਆਂ ਕੁ ਕੋਠੀਆਂ ਪਾ ਚੁੱਕੇ ਹੋ ਹੁਣ ਜੀ ਸਰ ਜੀ ਕੋਈ ਗਿਣਤੀ ਨਹੀਂ ਹੈਗੀ ਵੀ 12-13 ਸਾਲਾਂ ਵਿੱਚ ਜਿਵੇਂ ਸ਼ੋਰੂਮ ਵੀ ਬਣਾਏ ਆ ਕੋਠੀਆਂ ਵੀ ਬਣਾਈਆਂ ਦੁਕਾਨਾਂ ਵੀ ਬਣਾਈਆਂ ਜਿਵੇਂ ਰਜਿੰਦਰਾ ਕਾਲਜ ਹੈਗੇ ਉੱਥੇ ਲੋਕ ਟੇਲਾਂ ਵੀ ਲਾਈਆਂ ਅੱਜ ਘੱਟੋ-ਘੱਟ 5-6 ਸਾਲ ਤਾਂ ਮੈਨੂੰ ਰਜਿੰਦਰਾ ਕਾਲਜ ਵਿੱਚ ਹੋ ਗਿਆ ਵੀ ਉਹ ਮੈਨੂੰ ਸਰਜੀਤ ਸਰ ਹੈਗੇ ਆਪਣੇ ਉੱਥੇ ਆਪਣੇ ਅਤੇ ਉਹ ਆਪਣੇ ਪ੍ਰਿੰਸੀਪਲ ਹੈਗੇ ਆ ਅਤੇ ਉਹ ਆਪਾਂ ਨੂੰ ਕੰਮ ਦਿੰਦੇ ਆ ਸੁਣਿਆ ਰਿਸ਼ਤੇਦਾਰ ਤਾਨੇ ਮਾਰਦੇ ਸੀ ਅੱਜ ਤੁਹਾਡੇ ਨਾਲ ਜੁੜੇ ਹੋਏ ਆ ਪਹਿਲਾਂ ਉਹ ਤਾਨੇ ਦਿੰਦੇ ਸੀ ਤੁਹਾਨੂੰ ਅਤੇ ਅੱਜ ਤੁਹਾਡਾ ਸਹਾਰਾ ਜ਼ਰੂਰ ਜੀ ਅਬ ਮੇਰੇ ਜਿਵੇਂ ਥੋੜ੍ਹੇ ਦਿਨ ਦੀ ਗੱਲ ਹੋ ਗਈ ਮੇਰੇ ਭਰਾ ਸੀਗੇ ਉਹਨਾਂ ਨੂੰ ਆਏ ਸੀਗਾ ਵੀ ਜਿਹਨੇ ਇਹ ਕੀ ਕੰਮ ਕਰਦੇ ਆ ਉਹ ਹਵਾ ਡਰ ਰੱਖੇ ਜਿਵੇਂ ਸਰਸਾ ਹੈਗੇ ਮੇਰੇ ਪੇਕੇ ਵੀ ਆਏ ਜਦੋਂ ਮੈਂ ਕਿਹਾ ਵੀ ਮੈਂ ਕੰਮ ਕਰਦੀ ਹੈਗੀ ਹਾਂ ਮੇਰੇ ਪਰਿਵਾਰ ਨੂੰ ਵੀ ਇੰਨਾ ਨਹੀਂ ਅੱਜ ਤੱਕ ਵੀ ਇਹ ਕੀ ਕੰਮ ਕਰਦੀ ਹੈ ਕਿ ਨਹੀਂ ਫਿਰ ਇੱਕ ਜਾ ਕੇ ਮੇਰੇ ਭਰਾ ਦੇ ਘਰੇ ਮੈਂ ਖੁਦ ਕੰਮ ਕਰਕੇ ਆਈ ਹਾਂ ਫਿਰ ਉਹਨਾਂ ਨੂੰ ਯਕੀਨ ਹੋਇਆ ਵੀ ਹਾਂ ਵੀ ਸਾਡੀ ਭੈਣ ਕੰਮ ਕਰਦੀ ਹੈ ਉਹਨਾਂ ਨੂੰ ਮਹਾਨ ਹੈਗਾ ਅੱਜ ਵੀ ਕੰਮ ਕਰਦੀ ਹੈ ਮੇਰੀ ਭੈਣ ਕਹਿਣਾ ਚਾਹੋਗੇ ਜਿਹੜੀਆਂ ਔਰਤਾਂ ਘਰ ਦੇ ਵਿੱਚ ਬੈਠੀਆਂ ਹਨਾ ਦਬ ਕੇ ਬੈਠੀਆਂ ਉਹਨਾਂ ਦਾ ਵੀ ਦਿਲ ਕਰਦਾ ਹੋਊਗਾ ਤੇਰੇ ਵਾਂਗੂ ਕ੍ਰਿਸ਼ਨਾ ਦੇਵੀ ਤੁਹਾਡੇ ਵਾਂਗੂ ਹੋਣਗੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੀਆਂ ਜੀ ਕਹਿਣ ਨੂੰ ਤਾਂ ਮੈਨੂੰ ਵੀ ਲੋਕਾਂ ਨੇ ਬਹੁਤ ਤਾਨੇ ਮਾਰੇ ਸੀਗੇ ਵੀ ਇਹ ਮਿਸਤਰੀਆਂ ਨਾਲ ਜਾਂਦੀ ਆ ਆਈ ਜਾਂਦੀ ਹੈ ਲੇਕਿਨ ਲੋਕਾਂ ਦੀ ਸੋਚ ਕਿਉਂ ਰੱਖਦੇ ਹੋ ਮੈਂ ਤਾਂ ਇਹ ਕਹਿੰਦੀ ਆਪਦਾ ਦਿਲ ਕਵੇ ਉਹ ਕੰਮ ਕਰੋ ਕੰਮ ਉਹ ਕਰੋ ਜਿਹੜਾ ਦੁਨੀਆ ਨੂੰ ਗਲਤ ਨਾ ਲੱਗੇ ਮਿਹਨਤ ਦਾ ਕੋਈ ਡਰ ਨਹੀਂ ਹੈਗਾ ਮਿਹਨਤ ਕਰੋ ਮਜ਼ਦੂਰੀ ਕਰੋ ਹੁਣ ਦੇਖੋ ਮੈਂ ਖੁਦ ਠੇਕਾ ਲੈਂਦੀ ਹਾਂ ਬੱਟਲ ਵੀ ਚੱਕਦੀ ਹਾਂ ਕਰੰਡੀ ਵੀ ਚੱਕਦੀ ਹਾਂ ਮਿਸਤਰੀ ਦਾ ਵੀ ਕਰਦੀ ਹਾਂ ਲੇਬਰ ਦਾ ਵੀ ਕਰਦੀ ਹਾਂ ਸਾਰਾ ਕੰਮ ਕਰਦੀ ਹਾਂ ਜੇ ਅੱਜ ਮੈਂ ਕਿ ਐਂ ਸੋਚ ਲਿਆ ਵੀ ਮੈਂ ਠੇਕੇਦਾਰ ਹੈਗੀ ਹਾਂ ਵੀ ਮੈਂ ਆਹ ਕੰਮ ਨਾ ਕਰਾਂ ਨਹੀਂ ਮੈਂ ਸਾਰਾ ਕੰਮ ਰਲ ਕੇ ਨਾਲ ਕਰਵਾਉਂਦੀ ਹਾਂ ਬਿਲਕੁਲ ਜੀ ਇਹ ਕ੍ਰਿਸ਼ਨਾ ਦੇਵੀ ਨੇ ਦੱਸਿਆ ਜਿਹੜੇ ਲੋਕ ਆ ਦਾਰੂ ਪੀ ਕੇ ਜਨਾਨੀਆਂ ਨੂੰ ਔਰਤਾਂ ਨੂੰ ਕੁੱਟਦੇ ਆ ਇੱਕ ਪੈਰ ਦੀ ਜੁੱਤੀ ਸਮਝਦੇ ਆ ਠੀਕ ਆ ਗੁੱਤ ਪਿੱਛੇ ਮੱਤ ਉਹਨਾਂ ਨੂੰ ਡਾਂਗ ਚੱਕ ਲੈਣੀ ਚਾਹੀਦੀ ਹੈ ਇਹਨੇ ਦੱਸਿਆ ਵੀ ਡਾਂਗ ਚੱਕ ਲੈਣੀ ਆ ਡਾਂਗ ਨਾਲ ਠੀਕ ਕਰਨੇ ਚਾਹੀਦੇ ਇੱਕ ਮੈਂ ਵੀ ਇੱਕ ਔਰਤਾਂ ਅਨਪੜ੍ਹ ਔਰਤ ਹੋ ਕੇ ਇਹ ਸ਼ੋਰੂਮ ਬਣਾਏ ਆ ਕੋਠੀਆਂ ਬਣਾਈਆਂ ਸਵੇਰੇ ਅੰਧੇਰੇ ਸਵੇਰੇ ਜਾਂਦੀ ਆ ਠੀਕ ਆ ਕਿਸੇ ਦੀ ਪਰਵਾਹ ਨਹੀਂ ਕਰਦੇ ਇਹਨਾਂ ਨੇ ਕ੍ਰਿਸ਼ਨਾ ਦੇਵੀ ਨੇ ਕਿਹਾ ਮੇਰੇ ਬੱਚੇ ਵੀ ਆ ਪਰ ਮੇਰੇ ਜਿਹੜੇ ਰਿਸ਼ਤੇਦਾਰ ਸੀ ਮੈਨੂੰ ਤਾਨੇ ਦਿੰਦੇ ਸੀ
ਅੱਜ ਉਹ ਮੈਨੂੰ ਸਹਾਰਾ ਕਰ ਰਹੇ ਆ, ਮੇਰੇ ਨਾਲ ਖੜ੍ਹੇ ਆ, ਮੈਨੂੰ ਕਹਿ ਰਹੇ ਆ ਵੀ ਅਸੀਂ ਤੇਰੇ ਨਾਲ ਹਾਂ। ਅਤੇ ਕੱਲ੍ਹ ਤੱਕ ਉਹ ਤਾਨੇ ਦਿੰਦੇ ਸੀ, ਅਤੇ ਇਹ ਜਿਸ ਤਰ੍ਹਾਂ ਇਹਨੇ ਦੱਸਿਆ ਵੀ ਜੱਜ ਤੋਂ ਲੈ ਕੇ ਪੀਐਮ ਤੱਕ ਔਰਤ ਦਾ ਬਹੁਤ ਵੱਡਾ ਹੱਥ ਆ, ਬਣੇ ਵੀ ਆ, ਅਤੇ ਮਰਦ ਆ ਜਿਹੜਾ ਉਹ ਔਰਤ ਬਿਨਾਂ ਅਧੂਰਾ, ਇਹ ਇੱਕ ਸੱਚ ਕਰ ਦਿਖਾਇਆ। ਇੱਕ ਇਹਨੇ ਇੱਕ ਇਹਦਾ ਕ੍ਰਿਸ਼ਨਾ ਦੇਵੀ ਦਾ ਕਹਿਣਾ ਹੈਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਇਹਨੇ ਕੋਠੀਆਂ ਪਾ ਚੁੱਕੀ ਆ। ਬਠਿੰਡਾ ਸ਼ਹਿਰ ਦੇ ਵਿੱਚ ਮਲਤਾਨੀਆਂ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲੀ ਆ, ਪਿਛਲੇ 14 ਸਾਲਾਂ ਤੋਂ ਕੰਮ ਕਰਦੀ ਆ ਰਹੀ ਆ। ਅਤੇ ਇੱਕ ਗੱਲ ਹੋਰ ਅਸੀਂ ਇਹਨਾਂ ਤੋਂ ਪੁੱਛਣੀ ਚਾਹਾਂਗੇ ਵੀ ਅੰਧੇਰੇ ਸਵੇਰੇ ਆਉਂਦੇ ਆ, ਕਿਸ ਚੀਜ਼ 'ਤੇ ਆਉਂਦੇ ਆ, ਵਹੀਕਲ ਕੀ ਆ ਤੁਹਾਡੇ ਕੋਲ, ਕਿਹੜੀ ਕੋਈ ਸਕੂਟਰੀ ਜਾਂ ਸਾਈਕਲ ਕਾਤੇ ਆਉਂਦੇ ਆ? ਜੀ ਸਹੀ, ਮੈਂ ਪਹਿਲਾਂ ਤਾਂ ਜਿਵੇਂ ਦਿਹਾੜੀ ਕੀਤੀ ਸੀ ਉਦੋਂ ਤਾਂ ਮੈਂ ਜੀ ਸਾਈਕਲ 'ਤੇ ਜਾਂਦੀ ਹੁੰਦੀ ਸੀਗੀ, ਅੱਜ ਮੈਂ ਆਪਦੀ ਇਟਵਾ 3 ਲੈ ਰੱਖੀ ਹੈ, ਇਟਵਾ ਹੈਗੀ ਮੇਰੇ ਕੋਲ। ਐਕਟਵਾ 'ਤੇ ਆ ਰਹੇ ਹੋ ਤੁਸੀਂ? ਹਾਂਜੀ, ਇਟਵਾ 'ਤੇ ਜਾਂਦੇ ਹਾਂ, ਇਟਵਾ 'ਤੇ ਆਉਂਦੇ ਹਾਂ ਜੀ। ਅਤੇ ਜਿਹੜੀ ਹੁਣ ਠੇਕੇਦਾਰੀ ਕਰਦੇ ਹੋ ਤੁਸੀਂ, ਦਿਹਾੜੀ ਕਿੱਥੋਂ ਸ਼ੁਰੂ ਕੀਤੀ, ਮਜ਼ਦੂਰੀ ਕਿੰਨੇ ਪੈਸੇ ਮਿਲਦੇ? ਮਜ਼ਦੂਰੀ ਸਰ ਜੀ ਆਪਣੇ ਉਦੋਂ ਤੋਂ ਮੈਨੂੰ 80 ਰੁਪਏ ਮਿਲਦੇ ਸੀਗੇ, ਅਤੇ ਹੌਲੇ ਹੌਲੇ ਕਰਦੇ ਕਹਿੰਦੇ ਨੇ ਵੀ ਜਦੋਂ ਸ਼ੁਰੂ ਵਿੱਚ ਜਾ ਕੇ ਆਪਾਂ ਕੋਈ ਵੀ ਕੰਮ ਕਰਾਂਗੇ ਤਾਂ ਕੋਈ ਪੈਸੇ ਨਹੀਂ ਦਿੰਦਾ। ਮਜ਼ਦੂਰੀ ਵੀ ਮੈਂ ਪਹਿਲੀ ਵਾਰ ਜਾ ਕੇ, ਮੈਨੂੰ ਐਂ ਨਹੀਂ ਪਤਾ ਸੀਗਾ ਵੀ ਬੱਠਲ ਕੀ ਹੈ, ਕਹੀ ਕੀ ਹੈ, ਕੀ ਗੱਜ ਹੈ, ਕੀ ਗਰਮਾਲਾ ਹੈ, ਇਹ ਹਿਸਾਬ ਨਾਲ ਅਗਲਾ ਉਸ ਹਿਸਾਬ ਨਾਲ ਅਗਲਾ ਦਿਹਾੜੀ ਦਿੰਦਾ। ਅਤੇ ਐਂ ਕਰਦੇ ਕਰਦੇ 120 ਦੇ ਮਤਲਬ 120 ਤੱਕ 130 ਤੱਕ ਮਤਲਬ ਮਜ਼ਦੂਰੀ ਕੀਤੀ ਮੈਂ। ਉਸ ਤੋਂ ਬਾਅਦ ਜਦੋਂ ਸਿੱਧੇ ਆਪਾਂ ਮਤਲਬ ਮਿਸਤਰੀ ਦਾ ਕੰਮ ਕਰਨ ਲੱਗੇ ਤਾਂ ਹੌਲੇ ਹੌਲੇ ਉਹਨਾਂ ਨੇ ਪੈਸੇ ਵਧਾ ਤੇ। ਐਂ ਕਰਦੇ ਕਰਦੇ ਮੈਂ ਆਪਦੇ ਖੁਦ ਦੇ ਅੱਜ 13-14 ਸਾਲ ਹੋ ਗਏ ਮੈਂ ਆਪਦੇ ਖੁਦ ਦੇ ਠੇਕੇ ਕਰਦੀ ਹਾਂ। ਅਤੇ ਹੁਣ ਠੇਕੇਦਾਰੀ ਦੇ ਕਿੰਨੇ ਪੈਸੇ ਮਿਲਦੇ ਤੁਹਾਨੂੰ ਸਕੁਅਰ ਫੁੱਟ ਦੇ? ਸਕੁਅਰ ਫੁੱਟ ਦੇ ਸਰ ਜੀ ਜਿਵੇਂ ਕੋਠੀਆਂ ਦਾ ਦੇਖੇ ਦੇ ਹਿਸਾਬ ਹੈ, ਜਿਵੇਂ ਮਤਲਬ ਜਿਸ ਹਿਸਾਬ ਨਾਲ ਅਗਲਾ ਬਿਲਡਿੰਗ ਬਣਾਉਂਦਾ ਉਹ ਜਿਹੇ ਠੇਕੇ, ਜਿਵੇਂ 110 ਤੋਂ ਸਟਾਰਟ ਲੈ ਕੇ ਅਤੇ 150 ਰੁਪਏ ਤੱਕ ਆਪਣਾ ਹੈਗਾ ਠੇਕਾ। ਕਿਵੇਂ ਮਹਿਸੂਸ ਕਰਦੇ ਹੁਣ ਨਾਮੀ ਠੇਕੇਦਾਰਾਂ ਦੇ ਵਿੱਚ ਤੁਹਾਡਾ ਨਾਮ ਆਉਣ ਲੱਗ ਗਿਆ, ਕ੍ਰਿਸ਼ਨਾ ਦੇਵੀ? ਹਾਂਜੀ ਹਾਂਜੀ, ਬਹੁਤ ਮੈਂ ਤਾਂ ਕਹਿੰਦੀ ਵੀ ਮਹਿਸੂਸ ਤਾਂ ਕਰਦੇ ਹਾਂ ਸਰ ਜੀ, ਜਿਵੇਂ ਹੁਣ ਮੈਂ ਗਈ ਸੀ ਆਪਣੇ ਸਾਡੀ ਮੀਟਿੰਗ ਸੀਗੀ ਠੇਕੇਦਾਰਾਂ ਦੀ ਆਪਣੇ, ਇਸ ਤੋਂ ਹੋ ਗਿਆ 3 ਸਾਲ ਦੀ ਗੱਲ ਹੋ ਗਈ, ਆਪਣੇ ਮਾਨਸਾ 'ਤੇ, ਮਾਨਸਾ ਠੇਕੇਦਾਰਾਂ ਦੀ ਹੋਈ ਸੀ। ਉੱਥੇ ਮੈਨੂੰ ਕੰਪਨੀ ਵਾਲਿਆਂ ਨੇ ਸੱਦਿਆ ਸੀਗਾ, ਅਲਟਰਾਟੈਕ ਵਾਲਿਆਂ ਨੇ, ਉੱਥੇ ਮਤਲਬ ਲੱਖੋਂ ਦੁਨੀਆ ਸੀਗੀਆਂ, ਠੇਕੇਦਾਰ ਮਿਸਤਰੀ ਲੱਖਾਂ ਕਰੋੜਾਂ ਵਿੱਚੋਂ ਮੈਂ ਇਕੱਲੀ ਜਣੀ ਸੀਗੀ। ਸਨਮਾਨਿਤ ਵੀ ਕੀਤਾ ਗਿਆ? ਹਾਂਜੀ ਹਾਂਜੀ, ਸਨਮਾਨਿਤ ਵੀ ਕੀਤਾ ਗਿਆ, ਮੈਨੂੰ ਇਨਾਮ ਵੀ ਦਿਆ ਗਿਆ, ਅਤੇ ਮਤਲਬ ਉੱਥੇ ਸਿੰਗਲਾ ਸਾਹਿਬ ਆਏ ਸੀਗੇ, ਉਹਨਾਂ ਨੇ ਆਪਣੇ ਸਾਰਿਆਂ ਦਾ ਮਤਲਬ ਆਦਰ ਮਾਨ ਕਰਿਆ ਸੀਗਾ। ਕਿਸੇ ਸਰਕਾਰ ਨੇ ਕਿਸੇ ਨੇ ਸਨਮਾਨਿਤ ਕੀਤਾ, ਕਿਸੇ ਅਧਿਕਾਰੀ ਨੇ ਤੁਹਾਨੂੰ ਜਾ ਕੀਤਾ? ਨਹੀਂ ਨਹੀਂ ਜੀ, ਕੋਈ ਕੋਈ ਅਧਿਕਾਰੀ ਨੇ, ਅੱਜ ਕੱਲ੍ਹ ਅਧਿਕਾਰੀ ਕੋਈ ਕੋਈ ਸਰਕਾਰ ਨੇ ਆਪਾਂ ਨੂੰ ਕੋਈ ਸੰਦੋਖ ਨਹੀਂ ਦਿੱਤਾ ਸਰਕਾਰ ਨੇ ਜੀ। ਨਹੀਂ ਨਹੀਂ ਜੀ, ਸਰਕਾਰ ਨੇ ਕੋਈ ਵੀ ਆਪਾਂ ਨੂੰ ਕੁਛ ਵੀ ਨਹੀਂ ਦਿੱਤਾ, ਆਪਾਂ ਤਾਂ ਜੋ ਵੀ ਕੁਛ ਕੀਤੇ, ਮੈਂ ਤਾਂ ਕਹਿੰਦੀ ਵੀ ਸਰਕਾਰ ਦੀ ਮੇਰੇ ਘਰ ਇੱਕ ਇੱਟ ਵੀ ਨਹੀਂ ਲੱਗੀ ਹੈਗੀ, ਉਹ ਵੀ ਮੈਂ ਆਪਦੀ ਮਿਹਨਤ ਨਾਲ ਕਰਿਆ। ਵੀ ਸਰਕਾਰ ਵੀ ਕਹਿੰਦੇ ਵੀ ਅਸੀਂ ਇੰਨੀ ਵੀ ਚੀਜ਼ ਇਹਦੇ ਘਰੇ ਤਾਂ ਮੇਰੀ ਇੰਨੀ ਵੀ ਚੀਜ਼ ਨਹੀਂ ਹੈਗੀ ਸਰਕਾਰ ਦੀ, ਮੈਂ ਖੁਦ ਨੇ ਆਪਦਾ ਕਰਿਆ। ਬਥੇਰੇ ਜਦੋਂ ਮੈਂ ਸੀਗੀ ਦਿਹਾੜੀਆਂ ਕਰਦੀ ਸੀ, ਸਰਕਾਰ ਦੇ ਅੱਗੇ ਮੇਰੇ ਬਥੇਰੇ ਲਿਖ ਕੇ ਲੈ ਜਾਂਦੇ ਸੀਗੇ, ਤੁਹਾਡੇ ਮਕਾਨ ਬਣਨਗੇ, ਸਾਡੇ ਐਂ ਬਣਨਗੇ, ਬਥੇਰੇ ਕਿਰਾਇਆਂ 'ਤੇ ਰਹਿੰਦੇ ਸੀਗੇ, ਕੁਛ ਵੀ ਨਹੀਂ ਦਿੱਤੇ ਆਪਾਂ ਤਾਂ ਸਰਕਾਰ ਨੇ। ਕ੍ਰਿਸ਼ਨਾ ਦੇਵੀ ਦਾ ਕਹਿਣਾ ਵੀ ਅੱਜ ਤੱਕ ਕਿਸੇ ਸਰਕਾਰ ਨੇ ਸਨਮਾਨਿਤ ਨਹੀਂ ਕੀਤਾ, ਪਰ ਇਸ ਨੂੰ ਮੀਟਿੰਗਾਂ ਦੇ ਵਿੱਚ ਬੁਲਾਇਆ ਜਾਂਦਾ, ਸੀਮੈਂਟ ਦੀਆਂ ਕੰਪਨੀਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਠੇਕੇਦਾਰ, ਇੱਕ ਨਾਮੀ ਠੇਕੇਦਾਰ ਬਣੀ ਹੋਈ ਕ੍ਰਿਸ਼ਨਾ ਦੇਵੀ ਬਠਿੰਡੇ ਦਾ ਨਾਮ ਰੌਸ਼ਨ ਕੀਤਾ, ਕਿਸ ਕਿੱਤੇ ਦੇ ਵਿੱਚ ਕੀਤਾ, ਕਿਉਂਕਿ ਅੱਜ ਠੇਕੇਦਾਰ ਨਾਮੀ ਠੇਕੇਦਾਰ ਬਣੀ ਹੋਈ ਆ। ਇੱਕ ਇਹਦਾ ਗਿਲਾ ਵੀ ਆ ਵੀ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਆ ਕੇ ਸਾਰ ਨਹੀਂ ਲੈਤੀ ਨਾ ਹੀ ਪੁੱਛਿਆ। 15 ਅਗਸਤ 26 ਜਨਵਰੀ ਨੂੰ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ, ਸਨਮਾਨਿਤ ਵੀ ਕਰਦੀਆਂ, ਪਰ ਇਸ ਤਰ੍ਹਾਂ ਦੀ ਇੱਕ ਜਿਹੜੀ ਕ੍ਰਿਸ਼ਨਾ ਦੇਵੀ ਨੂੰ ਸਨਮਾਨਿਤ ਕਰਨਾ ਬਣਦਾ, ਐਪਰੀਸ਼ੀਏਟ ਕਰਨਾ ਚਾਹੀਦਾ, ਪਰ ਨਹੀਂ ਕੀਤਾ ਗਿਆ। ਜਿਹੜੇ ਹੱਥ ਰੋਟੀਆਂ ਬਣਾਉਂਦੇ ਸੀ, ਰੋਟੀਆਂ ਪਕਾਉਂਦੇ, ਅੱਜ ਉਹ ਕਰੰਡੀ ਅਤੇ ਤੇਸੀਆਂ ਚਲਾਉਂਦੇ ਆ, ਇੱਕ ਮਾਣ ਵਾਲੀ ਗੱਲ ਆ, ਔਰਤ ਦਾ ਰੁਤਬਾ ਹੋਰ ਉੱਚਾ ਕੀਤਾ ਕ੍ਰਿਸ਼ਨਾ ਦੇਵੀ ਨੇ। ਮੈਂ ਨਰੇਸ਼ ਸ਼ਰਮਾ, ਚੈਨਲ ਵਾਈ, ਬਠਿੰਡਾ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।